ਪਹਿਲਾਂ ਸੱਤ ਦਰਿਆ ਸੀ, ਸੱਤਾਂ ਦੇ ਪੰਜ ਰਹਿ ਗਏ, ਹੁਣ ਤਿੰਨ ਰਹਿ ਗਏ ਔਰ ਤਿੰਨ ਵੀ ਤੇਜ਼ਾਬ। ਇਹ ਮੂਵਮੈਂਟ ਤੁਸੀਂ ਕਿਵੇਂ ਸ਼ੁਰੂ ਕੀਤੀ ਔਰ ਕਿੰਨੇ ਲੋਕ ਤੁਹਾਡੇ ਨਾਲ ਜੁੜ ਰਹੇ ਆ, ਮੋਟਿਵ ਕੀ ਆ? ਦੇਖੋ, ਜਿਹੜਾ ਜ਼ਿੰਦਗੀ ਹੈ ਉਹਦੇ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ, ਅਤੇ ਪਾਣੀ ਗੰਦਾ ਹੋ ਗਿਆ। ਜੱਸੀ ਹਰਾਂ ਨੂੰ ਪਤਾ, ਅਸੀਂ ਬੰਬੇ ਜਾਂਦੇ ਸੀ, ਉੱਥੇ ਲੋਕ ਕਹਿੰਦੇ ਸੀ ਆਹ ਲੰਬਾ ਚੌੜਾ ਤੁਰਿਆ ਹੁੰਦਾ ਮੁੰਡਾ, ਇਹ ਪੰਜਾਬ ਦਾ ਹੋਊਗਾ। ਅਤੇ ਹੁਣ ਜੋ ਸਭ ਤੋਂ ਛੋਟਾ ਹੁੰਦਾ, ਮਤਲਬ ਹੋਰ ਤਾਂ ਛੱਡੋ, ਸਾਡੀਆਂ ਫਿਲਮਾਂ ਦੇ ਜਿਹੜੇ ਪੰਜਾਬੀ ਫਿਲਮਾਂ ਦੇ ਹੀਰੋ ਵੀ 5 ਫੁੱਟ 7 ਇੰਚ ਰਹਿ ਗਏ, 6 ਫੁੱਟ ਵਾਲੇ ਪਤਾ ਹੀ ਨਹੀਂ ਕਿੱਧਰ ਗੁੰਮ ਹੋ ਗਏ। ਅਤੇ ਹੋਣੇ ਹੀ ਆ ਜਦੋਂ ਇਹੋ ਜਿਹਾ ਪਾਣੀ ਪੀਵਾਂਗੇ ਆਪਾਂ। ਤੁਹਾਨੂੰ ਮੈਂ ਫੋਟੋਗ੍ਰਾਫਸ ਤੁਸੀਂ ਦੇਖੀਆਂ ਨੇ ਜਿੱਥੇ ਸਤਲੁਜ ਦੇ ਵਿੱਚ ਜਾ ਕੇ ਬੁੱਢਾ ਦਰਿਆ ਵੜਦਾ ਵਲੀਪੁਰ ਪਿੰਡ ਕੋਲ, ਮਤਲਬ ਐਂ ਕਾਲਾ ਸ਼ਾਹ ਔਰ ਇੱਕ ਪਾਸੇ ਅੰਮ੍ਰਿਤ ਵਰਗਾ ਪਾਣੀ। ਔਰ ਇੱਕ ਹੋਰ ਕਮਾਲ ਦੀ ਗੱਲ, ਕਮਾਲ ਦੀ ਨਹੀਂ ਦੁੱਖ ਦੀ ਗੱਲ, ਕਿ ਉਸ ਤੋਂ ਅੱਗੇ ਮੱਛੀ ਨਹੀਂ ਜਾਂਦੀ ਕੋਈ। ਮੱਛੀ ਨੂੰ ਪਤਾ ਹੈ ਕਿ ਅੱਗੇ ਜ਼ਿੰਦਗੀ ਨਹੀਂ, ਕਿ ਮੌਤ ਹੈ, ਪਿੱਛੇ ਜ਼ਿੰਦਗੀ ਹੈ। ਅਤੇ ਅਸੀਂ ਉਹ ਮੌਤ ਸਾਰੇ ਪੰਜਾਬ ਨੂੰ ਉੱਥੋਂ ਹਰੀਕੇ ਜਾਂਦਾ, ਹਰੀਕੇ ਤੋਂ ਚਾਰ ਚੁਫੇਰੇ ਸੂਏ ਕੱਸੀਆਂ ਨਿਕਲਦੀਆਂ ਨੇ, ਅਤੇ ਪਾਣੀ ਪੀ ਪੀ ਕੇ ਲੋਕਾਂ ਨੂੰ ਕੈਂਸਰ ਹੋ ਰਿਹਾ। ਸ਼ੁਰੂ ਕਿਉਂ ਕੀਤੀ? ਜਿਹੜੀ ਗੱਲ ਤੁਸੀਂ ਕਹੀ ਕਿ ਆਪਣਾ ਪਾਣੀ ਹੈ ਨਾ, ਜੇ ਆਪਾਂ ਨਹੀਂ ਬੋਲਾਂਗੇ ਤਾਂ ਕੌਣ ਬੋਲੂਗਾ? ਮੈਂ ਜਦੋਂ ਹਵਾਏ ਫਿਲਮ ਬਣਾਈ ਸੀ ਨਾ 84 'ਤੇ, ਤਾਂ ਮੈਨੂੰ ਬੜੇ ਬੰਦਿਆਂ ਨੇ ਕਿਹਾ ਜੀ ਇਹ ਕਿਉਂ ਬਣਾਈ? ਅਤੇ ਮੈਂ ਕਿਹਾ ਹੋਰ ਇਹ ਸਪਿਲਬਰਗ ਬਣਾਊਗਾ, ਡੇਵਿਡ ਲੀਨ ਬਣਾਊਗਾ, ਮੈਂ ਹੀ ਬਣਾਊਂਗਾ, ਮੈਂ ਜਾਣਦਾ ਮੇਰਾ ਦੁੱਖ ਹੈ। ਤਾਂ ਪਾਣੀ ਆਪਣਾ ਗੰਦਾ ਹੋ ਰਿਹਾ ਨਾ, ਉਹ ਪਾਣੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਵਾਈਫ ਨੂੰ ਨਹੀਂ ਛੱਡਿਆ, ਨਵਜੋਤ ਸਿੰਘ ਸਿੱਧੂ ਦੀ ਵਾਈਫ ਨੂੰ ਵੀ ਕੈਂਸਰ ਹੋ ਗਿਆ, ਹਰ ਇੱਕ ਦੇ ਢਿੱਡ 'ਚ ਜਾ ਰਿਹਾ, ਕੋਈ ਬਚੂਗਾ? ਅਤੇ ਜੇ ਆਪਾਂ ਨਹੀਂ ਬੋਲਾਂਗੇ ਤਾਂ ਕੌਣ ਬੋਲੂਗਾ? ਸੋ ਦੈਟਸ ਵਾਈ ਅਸੀਂ ਸਾਰਿਆਂ ਨੇ, ਲੱਖੇ ਹੋਰਾਂ ਨੇ, ਬੈਂਸ ਸਾਹਿਬ ਹੋਰਾਂ ਨੇ, ਜੱਸੀ ਹੋਰਾਂ ਨੇ, ਸਾਰਿਆਂ ਨੇ ਸੋਚਿਆ ਕਿ ਯਾਰ ਆਪਦੇ ਪਾਣੀ ਦੀ ਪਹਿਲਾਂ ਆਪਾਂ ਤਾਂ ਬੋਲੀਏ, ਅਸੀਂ ਤਾਂ ਕਹੀਏ ਸਾਡੀ ਇਹ ਪ੍ਰੋਬਲਮ ਹੈ, ਫਿਰ ਆਪਦੇ ਸਾਰਿਆਂ ਨੂੰ ਆਮੰਤ੍ਰਿਤ ਕਰਾਂਗੇ, ਭਾਈ ਪਾਣੀ ਸਾਡਾ ਨਹੀਂ ਗਾ, ਪਾਣੀ ਤੁਹਾਡਾ ਸਾਰਿਆਂ ਦਾ ਵੀ ਹੈ। ਜਿਵੇਂ ਥੋਥੋਂ ਵੀ ਚੈਨਲਾਂ ਵਾਲੇ ਪੁੱਛ ਸਕਦੇ ਨੇ ਕਿ ਤੁਸੀਂ ਸੰਧੂ ਸਾਹਿਬ ਕਿਉਂ ਪ੍ਰੋਗਰਾਮ ਕਰ ਰਹੇ ਹੋ, ਤਾਂ ਕੀ ਇਹ ਪਾਣੀ ਆਪਾਂ ਪੀ ਨਹੀਂ ਰਹੇ, ਆਹ ਪਾਣੀ ਕਿੱਥੋਂ, ਦੂਜਾ ਪਾਣੀ ਕਿੱਥੋਂ ਆਉਂਦਾ? ਅਤੇ ਸਾਡਾ ਜੇ ਪਾਣੀ ਚਲਿਆ ਗਿਆ ਤਾਂ ਫਿਰ ਮੈਨੂੰ ਲੱਗਦਾ ਸਾਡਾ ਜਿਉਣਾ, ਸਾਡੇ ਜਿਹੜੇ ਬੱਚੇ, ਹੁਣ ਤੁਸੀਂ ਕੈਨੇਡਾ ਜਾਂਦੇ, ਸਾਡੇ ਬੱਚੇ, ਛੋਟੀ ਜਿਹੀ ਗੱਲ ਹੈ, ਕੈਨੇਡਾ ਸਭ ਤੋਂ ਵਧੀਆ ਚੀਜ਼ ਪਤਾ ਕਿਹੜੀ ਸੰਧੂ ਸਾਹਿਬ? ਕਿ ਉੱਥੇ ਜਿਹੜੇ ਪਾਣੀ ਨਾਲ ਤੁਸੀਂ ਹੱਥ ਧੋਣੇ ਹੋ, ਜਿਹੜੇ ਪਾਣੀ ਨਾਲ ਨਹਾਉਣੇ ਹੋ, ਉਹੀ ਪਾਣੀ ਪੀ ਵੀ ਸਕਦੇ ਹੋ। ਯਾਨੀ ਕਿ ਉਹ ਹਰ ਕੰਟਰੀ 'ਚ ਹੈ ਕਿ ਜਿਹੜਾ ਟੈਪ ਵਾਟਰ ਹੈ ਉਹ ਪੀਣ ਵਾਲਾ ਪਾਣੀ। ਆਪਣੇ ਵੀ ਇਹੀ ਹੁੰਦਾ ਸੀ, ਸਾਡੇ ਪਿੰਡ ਇੱਕ ਗੁਰੇਕਾ ਨਲਕਾ ਹੁੰਦਾ ਸੀ, ਉਹਦੇ ਤੋਂ ਤੌੜਿਆਂ ਰਾਹੀਂ ਪਾਣੀ ਆਉਂਦਾ ਸੀ, ਉਹੀ ਪੀਂਦੇ ਹੁੰਦੇ ਸੀ। ਅਤੇ ਹੁਣ ਕੋਈ ਨਲਕੇ ਦਾ ਪਾਣੀ ਪੀ ਕੇ ਵਿਖਾ ਦੇ, ਕੈਂਸਰ ਹੋ ਜੂ ਇੱਕ ਮਿੰਟ 'ਚ, ਨਹੀਂ ਤਾਂ ਕਾਲਾ ਪੀ ਲਿਆ ਹੋ ਜੂ। ਨਲਕੇ ਦੇ ਅੱਜ ਕੱਲ੍ਹ ਸਨੀ ਦਿਓਲ ਦੀ ਫਿਲਮਾਂ 'ਚ ਦੇਖਦੇ ਆ, ਖੈਰ ਪਿੰਡਾਂ 'ਚ ਨਲਕੇ ਨਹੀਂ ਦੇਖਦੇ। ਅੱਛਾ, ਮੈਂ ਦੱਸਦਾ ਕਿ ਇਹ ਪ੍ਰੋਗਰਾਮ ਕਰਨ ਦਾ ਆਈਡੀਆ ਕਿਉਂ ਹੋਇਆ। ਇੱਕ ਤਾਂ ਇਹਨਾਂ ਦੀ ਮੂਵਮੈਂਟ ਸੀ, ਇਸ ਤੋਂ ਇਲਾਵਾ ਸਾਡੇ ਇੱਕ ਮਲੇਰਕੋਟਲਾ ਤੋਂ ਲਗਾਤਾਰ ਸਾਡੇ ਨਾਲ ਇੱਕ ਬਜ਼ੁਰਗ ਜੁੜਦੇ ਆ, ਸਰਦਾਰ ਲਾਭ ਸਿੰਘ, ਔਰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਹਰ ਸਬਜੈਕਟ 'ਤੇ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਕਰਦੇ ਹੋ ਪਾਣੀ ਦੇ ਉੱਪਰ ਜ਼ਰੂਰ ਕਰੋ। ਸੋ ਇਹ ਵਜ੍ਹਾ ਸੀ ਕਿ ਲਾਭ ਸਿੰਘ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਔਰ ਤੁਸੀਂ ਚੰਗਾ ਕੰਮ ਕਰ ਰਹੇ ਸੀ।